तूफान सिंह का जिन्ना इन्होंने लिया के सानू अंदर एविडेंस दिता है मौके तो उत्थे नहीं सीगा जी सोनू असीं कल डिस्चार्ज करा दा सेट बैठी सी उन्हें परचे की कैंसलेशन का डिसीजन लिया है और मौजूदा एविडेंस नू वेखदे आ ਉਹ ਰਿਪੋਰਟ ਚ ਸਮਨ ਕਰਨਗੇ ਇਸ ਚੀਜ਼ ਦੇ ਇਨਕੁਆਇਰੀ ਜਿਹੜੀ ਸੈੱਟ ਬੈਠੀ ਸੀ ਉਹ ਇਹ ਡਿਸੀਜਨ ਤੇ ਪਹੁੰਚੀ ਆ ਵੀ ਐਵੀਡੈਂਸ ਨਵੇਂ ਜਿਹੜੇ ਆਏ ਨੇ ਉਹ ਤੋਂ ਪਤਾ ਲੱਗਦਾ ਹੈ ਵੀ ਇਹ ਪਰਚਾ ਝੂਠਾ ਦਰਜ ਕੀਤਾ ਗਿਆ ਸੀ ਸੰਗਤ ਆਈ ਹੈ ਕਿਉਂ ਆਪਾਂ ਜਦੋਂ ਸੰਗਤ ਆ ਗਈ ਹੈ ਤੇ ਕਿਉਂ ਸੰਗਤ ਨੂੰ ਰੋਕਣਾ ਅਸੀਂ ਸ਼ਾਂਤਮਈ ਜਾਣਾ ਸੀ ਨਾ देखो अनफॉर्चुनेट है जे कोई भी जख्मी होंदा पर असीं इह हालात नहीं पैदा कीते ना असीं कदे भी इस हालात पैदा करदे हक च साडे फट बहुत वजे ने सानू ओ तंग ना करन नजायज देखो जेड़े इन्हां ने सानू एविडेंस दित्ते आ जेड़े जेड़े इन्हां ने एविडेंस दित्ते आ लवदीप दे ਉਹਦੇ ਹੱਕ ਉਹਦੇ ਮੁਤਾਬਕ ਉੱਥੇ ਹੈ ਨਹੀਂ ਸੀਗਾ ਜੀ ਸੋ ਉਹਨੂੰ ਅਸੀਂ ਕੱਲ੍ਹ ਡਿਸਚਾਰਜ ਕਰਾ ਰਹੇ ਉਹਦੀ ਸਿੱਟ ਭਰ ਗਈ ਹੈ ਐਸ ਪੀ ਤੇਜਵੀਰ ਉਹਨੂੰ ਹੈਡ ਕਰਨਗੇ ਜੋ ਵੀ ਤੱਥ ਦੇ ਆਧਾਰ ਤੇ ਹੋਊਗਾ ਉਹਦਾ ਫੈਸਲਾ ਸਰ ਅੱਜ ਜਿਹੜਾ ਵਾਇਲੈਂਸ ਹੋਇਆ ਮੈਂ ਉਹ ਹੁਣ ਅਸੀਂ ਇਹਨੂੰ ਸਾਰਾ ਅਸੀਂ ਦੇਖ ਲਿਆ ਜੀ ਸਾਰਾ ਕੁਝ ਕਰ ਰਹੇ ਹਾਂ ਹੁਣ ਇਸ ਤੋਂ ਬਾਅਦ ਅਸੀਂ ਕਿਉਂਕਿ ਹੁਣ ਜਿਹੜੀਆਂ ਦੋ ਮੰਗਾਂ ਸਨ ਸਰ ਇਹਨਾਂ ਦੀਆਂ ਤੂਫਾਨ ਸਿੰਘ ਨੂੰ ਰਿਹਾ ਕਰਨ ਦੀ ਜਾਂ ਪਰਚਾ ਰੱਦ ਕਰਨ ਦੀ ਦੀ ਗੱਲ ਕਰ ਰਿਹਾ ਜੀ ਹਾਂਜੀ ਤੂਫਾਨ ਸਿੰਘ ਦਾ ਜਿੰਨਾ ਇਹਨਾਂ ਨੇ ਲਿਆ ਕੇ ਸਾਨੂੰ ਅੰਦਰ ਐਵੀਡੈਂਸ ਦਿੱਤਾ ਹੈ ਮੌਕੇ ਤੇ ਉੱਥੇ ਨਹੀਂ ਸੀਗਾ ਜੀ ਸੋ ਉਹਨੂੰ ਅਸੀਂ ਕੱਲ ਡਿਸਚਾਰਜ ਕਰਾ ਦਾਂਗੇ ਸਰ ਇੱਕ ਐਫ ਆਈ ਆਰ ਰੱਦ ਕਰਨ ਦੀ ਮੰਗ ਵੀ ਕੀਤੀ ਉਹਦਾ ਉਹ ਕਹਿੰਦੇ ਡਿਸਚਾਰਜ ਕਰੋਗੇ ਫੇਰ ਹੀ ਕਰਨਾ ਚਾਹੀਦਾ ਐਫ ਆਈ ਆਰ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਉਹਦਾ ਅਸੀਂ ਸਿੱਟ ਬਣ ਗਈ ਹੈ ਜੀ ਉਹ ਸਿੱਟ ਸਾਡੀ ਕਾਰ ਵੀ ਜੀ ਕਿੰਨੇ ਕਰੀਬ ਜਿਹੜੇ ਕਿੰਨੇ ਪਰ ਅਨਾਉਂਸ ਕੀਤਾ ਗਿਆ ਕਿ ਜਦੋਂ ਤੱਕ ਇਹ ਦੋਨੋਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਧਰਨਾ ਜਾਰੀ ਰਹਿਣਾ ਇੱਥੇ ਧਰਨਾ ਉਹ ਸਹਿਮਤੀ ਹੋ ਗਈ ਹੈ ਜੀ ਲੈ ਕੇ ਜਾ ਰਹੇ ਹਨ ਸਾਰਾ ਕੁਝ ਸਰ ਇੱਕ ਗੱਲ ਹੈ ਜਿਹੜੇ ਪੁਲਿਸ ਵਾਲੇ ਨੇ ਜੋ ਵਾਇਲੈਂਸ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਦੇਖ ਪੁਲਿਸ ਨੇ ਐਵੀਡੈਂਸ ਨਹੀਂ ਪਹਿਲੇ ਲਿੱਤੇ ਮੈਂ ਹੁਣ ਇੱਥੇ ਹੋਰ ਜ਼ਿਆਦਾ ਕੁਝ ਐਲੈਬੋਰੇਟ ਨਹੀਂ ਕਰੂੰਗਾ ਸਰ ਕਿੰਨੇ ਪੁਲਿਸ ਮੁਲਾਜ਼ਮ ਜਿਹੜੇ ਕਾਇਲ ਹੋਏ ਆ ਸਰ ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਮੈਂ ਹੁਣ ਸਾਰਾ ਇਹ ਦੇਖਦਾ ਜੀ ਕੀ ਹੋਇਆ ਸਰ ਐਸਪੀ ਦੇ ਕਿੰਨੀ ਸੱਟ ਲੱਗੀ ਮੈਂ ਹੁਣ ਸਾਰਾ ਕਿਉਂਕਿ ਉਰੋ ਦੇ ਤਾਂ ਇਸੇ ਚੀਜ਼ ਸਰ ਵਾਇਲੈਂਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿ ਰਿਹਾ ਜੀ ਵੀ ਹੁਣ ਅਸੀਂ ਸਾਰਾ ਕੁਝ ਇੱਥੇ ਦੇਖ ਕੇ ਤਾਂ ਫਿਰ ਅਸੀਂ ਸਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਐਵੀਡੈਂਸ ਪਹਿਲੇ ਦਿੱਤੀ ਜਾਣੀ ਕੋਸ਼ਿਸ਼ ਕੀਤੀ ਗਈ ਹੈ ਹਲੇ ਹਲੇ ਮੈਂ ਇਹਦੇ ਬਾਰੇ ਹੋਰ ਕੁਝ ਨਹੀਂ ਕਹੂੰਗਾ ਜੀ ਸੋ ਕਰ ਰਿਲੀਜ਼ ਕਰ ਸਰ ਵਾਇਲੈਂਸ ਬਾਰੇ ਕੀ ਕਹੋਗੇ ਜੀ ਸਾਰੇ ਦੇ ਬਾਅਦ ਮੈਂ ਤੁਹਾਨੂੰ ਭਾਈ ਸਾਹਿਬ ਬਾਰ-ਬਾਰ ਉਹੀ ਗੱਲ ਕਰ ਰਿਹਾ ਹਾਂ ਕਿ ਹੁਣ ਇੱਥੇ ਸਾਰਾ ਫ੍ਰੀ ਹੋ ਕੇ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਕੀ ਗੱਲਬਾਤ ਕੀ ਹੋਈ ਹੈ ਤੁਹਾਡੀ ਸਹਿਮਤੀ ਮੈਂ ਸਹਿਮਤੀ ਜੀ ਜਿਹੜਾ ਉਹਨਾਂ ਨੇ ਲਾਫੀਬ ਦੇ ਹੱਕ 'ਚ ਆਪਦੀ ਦਿੱਤੇ ਆ ਸਬੂਤ ਦਿੱਤੇ ਆ ਉਹ ਉਹਦੇ ਮੁਤਾਬਕ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਸੋ ਕੱਲ ਡਿਸਚਾਰਜ ਕਰ ਰਹੇ ਆ ਤੇ ਪਰਚੇ ਦੇ ਸਰ ਪੁਲਿਸ ਨੇ ਪਹਿਲਾਂ ਵੈਰੀਫਾਈ ਨਹੀਂ ਕੀਤਾ ਜੀ ਇਹ ਸਭ ਕਰਨ ਤੋਂ ਪਹਿਲਾਂ ਪਹਿਲਾਂ ਜਾਂਚ ਨਹੀਂ ਸੀ ਹੋਈ ਸੀ ਉਹ ਉਸ ਸਮੇਂ ਮੌਜੂਦ ਸੀ ਨਹੀਂ ਸਾਰਾ ਕੁਝ ਕਰ ਪਰਚਾ ਉਹਨਾਂ ਨੇ ਕੈਨਸਲ ਕਰਨ ਦੀ ਗੱਲ ਕੀਤੀ ਆ ਸਾਈਨ ਕਰ ਦਿੱਤੇ ਨੇ ਇਨਕੁਆਇਰੀ ਰੀ ਇਨਕੁਆਇਰੀ ਜਿਹੜੀ ਸੀ ਸੈੱਟ ਬੈਠੀ ਸੀ ਉਹਨੇ ਪਰਚੇ ਦੀ ਕੈਨਸਲੇਸ਼ਨ ਦਾ ਡਿਸੀਜਨ ਲਿਆ ਹੈ ਔਰ ਮੌਜੂਦਾ ਐਵੀਡੈਂਸ ਨੂੰ ਵੇਖਦੇ ਆ ਉਹ ਹੁਣ ਕੋਰਟ 'ਚ ਸਮਨ ਕਰਨਗੇ ਇਸ ਚੀਜ਼ ਦੇ ਤੇ ਕੱਲ੍ਹ ਨੂੰ ਸਵੇਰੇ ਸਾਡੇ ਸਿੰਘ ਦੀ ਰਿਹਾਈ ਹੋਊਗੀ ਜੀ ਜੀ ਅਸੀਂ ਅੱਜ ਇੱਥੇ ਅੰਮ੍ਰਿਤ ਸੰਚਾਰ ਆ ਸ਼ਾਮਾਂ ਨੂੰ ਉਸ ਤੋਂ ਬਾਅਦ ਚ ਅਸੀਂ ਫੈਸਲਾ ਕਰਾਂਗੇ ਕਿ ਇੱਥੇ ਜਾਣਾ ਤੁਹਾਡੇ ਸਾਹਮਣੇ ਹੈ ਜੀ ਅੰਮ੍ਰਿਤਸਰ ਕਿੱਥੇ ਕਰਨਾ ਹੈ ਇੱਥੇ ਹੀ ਹਲੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਦੇ ਲਾਗੇ ਉੱਥੇ ਕਰਾਂਗੇ ਉਸ ਤੋਂ ਬਾਅਦ ਸ਼ਾਇਦ ਪੱਕਾ ਨਹੀਂ ਸ਼ਾਇਦ ਦਰਬਾਰ ਸਾਹਿਬ ਜਾਵਾਂਗੇ ਦਰਸ਼ਨ ਕਰਨ ਜਿੰਨਾ ਚਿਰ ਸਿੰਘ ਨਹੀਂ ਹੁੰਦਾ ਅਸੀਂ ਇੱਥੇ ਹੀ ਆ ਇੱਥੇ ਖੜਜੀ ਪਾਲਕੀ ਸਾਹਿਬ ਲੰਘ ਲੈਣ ਭਾਈ ਸਾਹਿਬ ਜੀ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ ਗਈ ਸੀ ਇੱਥੇ ਆਪ ਅੰਮ੍ਰਿਤ ਸੰਚਾਰ ਕਰਾਉਣ ਦੀ ਗੱਲ ਕੀਤੀ ਗਈ ਸੀ ਇੱਥੇ ਤੁਹਾਡੇ ਸਾਹਮਣੇ ਦੇਖੋ 70 ਪੁਰਾਣੀ ਅੰਮ੍ਰਿਤ ਸੰਚਾਰ ਨੂੰ ਤਿਆਰ ਹੋ ਗਏ ਅਜੇ ਆਪਾਂ ਹੋਰ ਜਾ ਕੇ ਉੱਥੇ ਸਿੰਘਾਂ ਨੂੰ ਬੇਨਤੀ ਕਰਨੀ ਹੈ ਤੇ ਗੁਰੂ ਕੇ ਜਹਾਜੇ ਸੈਂਕੜਿਆਂ ਦੀ ਗਿਣਤੀ ਸਿੰਘ ਚੜ੍ਹਨਗੇ ਪਰਚਾ ਕੈਂਸਲ ਉਹ ਕਹਿੰਦੇ ਹੋਇਆ ਸੀ ਪੀ ਸਾਹਿਬ ਨੇ ਸਾਈਨ ਕਰ ਦਿੱਤੇ ਆ ਇਨਕੁਆਇਰੀ ਜਿਹੜੀ ਸਿੱਟ ਬੈਠੀ ਸੀ ਉਹ ਇਹ ਡਿਸੀਜਨ ਤੇ ਪਹੁੰਚੀ ਆ ਵੀ ਐਵੀਡੈਂਸ ਨਵੇਂ ਜਿਹੜੇ ਆਏ ਨੇ ਉਹ ਤੋਂ ਪਤਾ ਲੱਗਦਾ ਹੈ ਵੀ ਇਹ ਪਰਚਾ ਝੂਠਾ ਦਰਜ ਕੀਤਾ ਗਿਆ ਸੀ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਪਰਚਾ ਵੀ ਦਰਜ ਲਿਖਤੀ ਰੂਪ ਦਿੱਤਾ ਹੈ ਔਰ ਕੱਲ ਨੂੰ ਸਿੰਘ ਦੀ ਰਿਹਾਈ ਦਾ ਵੀ ਵਾਅਦਾ ਕੀਤਾ ਹਾਂਜੀ ਇੱਕ ਹੀ ਸਿੰਘ ਜ਼ਖਮੀ ਹੋਏ ਨਹੀਂ ਅਸੀਂ ਇੱਥੇ ਅੰਮ੍ਰਿਤ ਸੰਚਾਰ ਕਰ ਰਹੇ ਹਾਂ ਪੁਲਿਸ ਮੁਲਾਜ਼ਮ ਵੀ ਜਿਹੜੇ ਜ਼ਖਮੀ ਹੋਏ ਨੇ ਦੇਖੋ ਅਨਫੋਰਚੁਨੇਟ ਹੈ ਜੇ ਕੋਈ ਵੀ ਜ਼ਖਮੀ ਹੁੰਦਾ ਪਰ ਅਸੀਂ ਹਾਲਾਤ ਨਹੀਂ ਪੈਦਾ ਕੀਤੇ ਨਾ ਅਸੀਂ ਕਦੇ ਵੀ ਇਸ ਹਾਲਾਤ ਪੈਦਾ ਕਰਦੇ ਹੱਕ 'ਚ ਸਾਡੇ ਫੱਟ ਬਹੁਤ ਵੱਜੇ ਨੇ ਸਾਨੂੰ ਉਹ ਤੰਗ ਨਾ ਕਰਨ ਨਜਾਇਜ਼ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਸੰਗਤ ਆਈ ਹੈ ਕਿਉਂ ਆਪਾਂ ਜਦੋਂ ਸੰਗਤ ਆ ਗਈ ਹੈ ਤੇ ਕਿਉਂ ਸੰਗਤ ਨੂੰ ਰੋਕਣਾ ਅਸੀਂ ਸ਼ਾਂਤਮਈ ਜਾਣਾ ਸੀ ਨਾ ਕੋਈ ਥਾਣੇ 'ਚ ਕੋਈ ਨੁਕਸਾਨ ਤਾਂ ਨਹੀਂ ਕੀਤਾ ਕਿਸੇ ਦਾ